ਸਤਿੰਦਰ ਜੀ, ਇਸ ਤਰ੍ਹਾਂ ਕਿ ਸਟਾਰਟ 'ਤੇ ਬੜਾ ਅੱਛਾ ਮਾਡਲ ਕੰਮ ਕਰਾਇਆ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਮੁਹੰਮਦ ਵਾਲੇ ਬੈਤ ਮੁਹੰਮਦ ਅਲੈਹਿਸਸਲਾਮ ਦੀ ਅਜ਼ਮਤ ਕਾ ਕਿਤਨੀ ਮਿਕਦਾਰ ਤਿਲਾਵਤ ਹੈ ਕੁਰਾਨ ਪਾਕ ਮੈਂ ਹੈ। ਬਾਬਾ ਸੱਯਦ ਅਬਦੁੱਲਾ ਬਾਸਤਾ ਸਾਹਿਬ, ਜੋ ਕਿ ਸਰਕਾਰ ਦੇ ਜਨਰਲ ਹਨ, ਉਨਕੇ ਇਲਾਵਾ ਉਨਕੇ ਮੁਰੀਦ ਹੈ, ਸਿਫਾਰਸ਼ਾਂ ਮੇਂ ਜਿਤਨੇ ਵੀ ਸਾਦਾਤ ਨਿਜ਼ਾਮ ਸਾਹਿਬਾਨ ਮਜ਼ਾਰ ਹੈ, ਮਾਲਿਕ ਉਨ ਸਭ ਬਾਬਾ ਸੱਯਦ ਅਬਦੁੱਲਾ ਬਾਸਤਾ ਸਾਹਿਬ ਕੋ ਹਮੇਸ਼ਾ ਬਾਦਸ਼ਾਹ ਫਰਮਾ, ਮੌਲਾ ਉਨਕੇ ਸਾਥ ਜੋ ਮੁਮਿਨ ਨਜ਼ਰ ਆ ਰਹਾ ਹੈ, ਜੋ ਦੇ ਔਲਾਦ ਹੈ, ਉਨਕੇ ਔਲਾਦ ਨੂੰ ਨਿਕਲਾ ਕਰ ਦੂੰਗਾ, ਜੋ ਕਿ ਮੁਸ਼ਕਲ ਮੇਂ ਹੈ। ਜੀ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਨਾਦਰੀਨ, ਮੈਂ ਤੁਹਾਡਾ ਵੀਰ ਅਦਰ ਹੁਸੈਨ ਕੜਕ ਕਬੱਡੀ ਯੂਟਿਊਬ ਚੈਨਲ ਤੋਂ ਮੌਜੂਦ ਹਾਂ ਜੀ। ਅਸੀਂ ਅੱਜ ਪਿੰਡ ਕਿਲ੍ਹਾ ਸਤਾਰਸ਼ਾਹ, ਜਿੱਥੇ ਹਰ ਸਾਲ ਕਬੱਡੀ ਦਾ ਬੜਾ ਸ਼ਾਨਦਾਰ ਸੀਜ਼ਨ ਦਾ ਪਹਿਲਾ ਮੈਚ ਜਿਹੜਾ ਉਹ ਮੁਨਕਦ ਹੁੰਦਾ ਹੈ। ਇਹ ਮੈਚ ਇਸ ਹਵਾਲੇ ਦੇ ਨਾਲ ਯਾਦਗਾਰ ਸਾਬਤ ਹੁੰਦਾ ਹੈ, ਕਿਉਂਕਿ ਜਿਹੜੇ ਬਾਬਾ ਜੀ ਦੇ ਗੱਦੀ ਨਸ਼ੀਨ ਨੇ ਪੀਰ ਅਕੀਲ ਸ਼ਾਹ ਸਾਹਿਬ ਜਿਹੜੇ ਨੇ, ਉਹ ਸਾਬਕਾ ਕੌਮੀ ਕਬੱਡੀ ਪਲੇਅਰ ਰਹੇ ਨੇ। ਉਸ ਹਵਾਲੇ ਦੇ ਨਾਲ ਇਹ ਜਿਹੜਾ ਮੈਚ ਬੜਾ ਦਿਲਚਸਪ ਔਰ ਬੜਾ ਕਾਂਟੇਦਾਰ ਹੁੰਦਾ ਹੈ। ਹਰ ਸਾਲ ਮਾਸ਼ਾਅੱਲਾ ਬੜੀ ਮਿਹਨਤ ਕਰਦੇ ਨੇ ਔਰ ਕਬੱਡੀ ਦੇ ਦੋ ਬੜੀਆਂ ਤਗੜੀਆਂ ਟੀਮਾਂ ਜਿਹੜੀਆਂ ਨੇ ਉਹ ਅੱਜ ਮੈਦਾਨ 'ਚ ਇਨਸ਼ਾਅੱਲਾ ਉਤਰਨ ਦੀਆਂ ਔਰ ਕਾਂਟੇਦਾਰ ਦਾ ਮੁਕਾਬਲਾ ਤੁਹਾਨੂੰ ਵੇਖਣ ਨੂੰ ਮਿਲੇਗਾ। ਜੀ ਸ਼ਾਹ ਜੀ, ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਬਹੁਤ ਬਹੁਤ ਸ਼ਾਹ ਜੀ ਮੁਬਾਰਕ ਹੋਵੇ। ਇੱਕ ਦਫਾ ਫਿਰ ਅਸੀਂ ਸਾਲ ਨੂੰ ਇਕੱਠੇ ਹੁੰਦੇ ਹਾਂ ਜੀ ਹਰ ਸਾਲ, ਅਤੇ ਮਾਸ਼ਾਅੱਲਾ ਬਾਬੇ ਜੀ ਦਾ ਉਰਸ ਅਸੀਂ ਬੜੇ ਧੂਮਧਾਮ ਨਾਲ ਮਨਾਉਂਦੇ ਹਾਂ। ਅਤੇ ਅੱਜ ਦੀਆਂ ਕਿਹੜੀਆਂ ਦੋ ਟੀਮਾਂ ਜਿਹੜੀਆਂ ਤੁਸੀਂ ਬੁਲਾਈਆਂ ਨੇ? ਜੀ ਇੱਕ ਛੰਨੀ ਡੋਗਰ ਟੀਮ ਲੈ ਕੇ ਆ ਰਿਹਾ ਅਤੇ ਇੱਕ ਮੁੰਡਾ ਉਧਰੋਂ ਫੈਸਲਾਬਾਦ ਤੋਂ
ਡੋਗਰ ਹੀ ਹੈ ਸਹੀ ਦੰਜਰਾ ਅਤੇ ਉਹ ਟੀਮ ਲੈ ਕੇ ਆ ਰਹੇ ਨੇ ਦੋ ਟੀਮਾਂ ਬੜੇ ਅੱਛੇ ਮੁੰਡੇ ਵਿੱਚ ਇੰਟਰਨੈਸ਼ਨਲ ਮੁੰਡੇ ਵੀ ਆਏ ਨੇ ਬੜੀਆਂ ਅੱਛੀਆਂ ਟੀਮਾਂ ਆ ਰਹੀਆਂ ਸਾਡੇ ਨਾਜ਼ਰੀਨ ਨੂੰ ਆਪਣੇ ਬਾਰੇ ਦੱਸੋ ਤੁਸੀਂ ਕਬੱਡੀ ਦਾ ਸ਼ੌਕ ਰੱਖਦੇ ਹੋ ਔਰ ਕਬੱਡੀ ਦੇ ਬੜੇ ਤਗੜੇ ਪਲੇਅਰ ਤੁਸੀਂ ਰਹੇ ਹੋ ਸਾਡੇ ਜਿਹੜੇ ਨਾਜ਼ਰੀਨ ਜਿਹੜੇ ਸਾਡੇ ਚੈਨਲ ਨੂੰ ਵੇਖਦੇ ਨੇ ਜ਼ਰਾ ਕੀ ਮੈਸੇਜ ਦੇਣਾ ਚਾਹੋ ਤੇ ਆਪਣੀ ਕਬੱਡੀ ਦਾ ਤੇ ਹੁੰਦੀ ਕਬੱਡੀ ਦਾ ਜੀ ਠੀਕ ਹੈ ਕਬੱਡੀ ਉਦੋਂ ਦੀ ਵੀ ਤੇ ਹੁਣ ਦੀ ਵੀ ਸਾਰਿਆਂ ਨੂੰ ਪਤਾ ਹੀ ਹੈ ਤੇ ਕਬੱਡੀ ਠੀਕ ਹੈ ਹੁਣ ਵੀ ਉਸ ਦੌਰ ਦੀ ਉਹ ਕਬੱਡੀ ਠੀਕ ਸੀ ਹੁਣ ਦੀ ਇਹ ਵੇ 95 ਵਿੱਚ ਪਾਕਿਸਤਾਨ ਦਾ ਵਰਲਡ ਕੱਪ ਹੋਇਆ ਸੀ ਪਹਿਲਾਂ ਅਸੀਂ ਗਏ ਸਾਂ ਕੈਨੇਡਾ ਜੀ ਕੈਨੇਡਾ ਖੇਡ ਕੇ ਆਇਆ ਸਾਂ ਅਖੀਲ ਸ਼ਾਹ ਮੇਰਾ ਨਾਂ ਪਾਕਿਸਤਾਨ ਵਾਪਡਾ ਵੱਲੋਂ ਮੈਂ ਖੇਡਦਾ ਸਾਂ ਫਿਰ ਬੜੇ ਕਲੱਬਾਂ ਨੂੰ ਵੀ ਉੱਥੋਂ ਖੇਡਦਾ ਰਿਹਾ ਮੈਂ ਕੈਨੇਡਾ 'ਚੋਂ ਡਿਕਸਨ ਗੁਰਦੁਆਰੇ ਦੀ ਕਲੱਬ ਸੀ ਡਿਕਸੀ ਉਹਦੇ ਵੱਲੋਂ ਵੀ ਖੇਡਦੇ ਰਹੇ ਹਾਂ ਪਾਕਿਸਤਾਨ ਵਾਪਡਾ ਵੱਲੋਂ ਵੀ ਖੇਡਦੇ ਰਹੇ ਨੈਸ਼ਨਲ ਬੜੀਆਂ ਖੇਡੀਆਂ ਨੇ ਅਤੇ ਠੀਕ ਹੈ ਜੀ ਹੁਣ ਤਾਂ ਵੀ ਬਹੁਤ ਅੱਛੇ ਮੁੰਡੇ ਨੇ ਬਹੁਤ ਅੱਛਾ ਖੇਡਦੇ ਨੇ ਅਤੇ ਉਦੋਂ ਵੀ ਠੀਕ ਸੀ ਹੁਣ ਵੀ ਠੀਕ ਹੈ ਕਬੱਡੀ ਹੈ ਲੋਕ ਸ਼ੌਕ ਕਰਦੇ ਨੇ ਅਤੇ ਉਹਦੇ ਨਾਲ ਪਿਆਰ ਕਰੋ ਕਬੱਡੀ ਨੂੰ ਵੇਖੋ ਇਹਨੂੰ ਫਰੋਗ ਦਿਓ ਸਾਡਾ ਦਿਹਾਤੀ ਖੇਲ ਹੈ ਅਤੇ ਹੁਣ ਵੀ ਵੇਖ ਲਓ ਕਬੱਡੀ ਦਾ ਨਾਂ ਲਵੋ ਅਤੇ ਕੋਈ 2-3 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ ਉਂਝ ਨਹੀਂ ਇਕੱਠਾ ਹੁੰਦਾ ਹਾਂ ਅਤੇ ਇਨਸ਼ਾ ਜੀ ਨਵੇਂ ਮੁੰਡੇ ਹੋ ਕਬੱਡੀ ਖੇਡੋ ਬੇਟਾ ਅਤੇ ਨਸ਼ਿਆਂ ਤੋਂ ਬਚੋ ਕਬੱਡੀ ਖੇਲੋ ਅਤੇ ਐਕਸਰਸਾਈਜ਼ ਕਰੋ ਪ੍ਰੈਕਟਿਸ ਔਰ ਖੁਰਾਕ ਅਤੇ ਰੈਸਟ ਨਾਲ ਕਬੱਡੀ ਹੈ ਜਿਹੜਾ ਬੰਦਾ ਆਖੇ ਨਾ ਵੀ ਮੈਂ ਸਾਰਾ ਕੁਝ ਕਰਾਂ ਕਬੱਡੀ ਫਿਰ ਨਹੀਂ ਕਬੱਡੀ ਖੇਡ ਸਕਦਾ ਐਕਸਰਸਾਈਜ਼ ਮਿਹਨਤ ਅਤੇ ਉਹਦੇ ਨਾਲ ਇਬਾਦਤ ਜਿਹੜਾ ਬੰਦਾ ਨਮਾਜ਼ ਪੜ੍ਹਦਾ 5 ਵਕਤ ਦੀ ਉਹਦੇ ਕੋਲੋਂ ਗੁਨਾਹ ਕੋਈ ਨਹੀਂ ਹੁੰਦਾ ਅਤੇ ਉਹ ਗੁਨਾਹ ਨਹੀਂ ਹੋਵੇਗਾ ਅਤੇ ਉਹ ਪਲੇਅਰ ਬਣੇਗਾ ਇਨਸ਼ਾਅੱਲਾ ਤਾਲਾ ਜਿਹੜਾ ਲੰਗੋਟੇ ਦਾ ਸਾਫ਼ ਹੈ ਉਹਨੂੰ ਕੋਈ ਦੁਨੀਆ ਦਾ ਬੰਦਾ ਨਹੀਂ ਫੜ ਸਕਦਾ ਜਿਹੜੇ ਇੰਟਰਨੈਸ਼ਨਲ ਪਲੇਅਰ ਨੇ ਇਹ ਨਾ ਸੋਚੋ ਇਹ ਕੋਈ ਕਿਤੇ ਅਲੱਹਦਾ ਮਖਲੂਕ ਹੈ ਨਹੀਂ ਇਹ ਵੀ ਤੁਹਾਡੇ ਹਿੱਚੋਂ ਹੀ ਨੇ ਜਿਹੜਾ ਵੀ ਮਿਹਨਤ ਕਰੇਗਾ ਇਨਸ਼ਾਅੱਲਾ ਤਾਲਾ ਉਹ ਉਹਨੂੰ ਅੱਲਾ ਉਹਦਾ ਅਜਰ ਦਿੰਦਾ ਜੀ 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 ਅੱਗੇ ਆਉਂਦੇ ਰਹਿੰਦੇ ਮੁੰਡੇ ਜੀ ਅਤੇ ਹੁਣ ਮੈਂ ਹਾਜ਼ਰ ਹਾਂ ਮੈਂ ਉਹਨਾਂ ਨੂੰ ਖੁਰਾਕ ਗਰਾਊਂਡ ਜੋ ਆਖਣ ਦਿਆਂਗਾ ਸ਼ੁਕਰ ਅਲਹਮਦੁਲਿਲਾ ਜੋ ਵੀ ਆਖਣ ਮੈਂ ਹਾਜ਼ਰ ਹਾਂ ਆਉਣ ਮੇਰੇ ਕੋਲ ਕਰਨ ਐਕਸਰਸਾਈਜ਼ ਇਹ ਜਿਹੜੀ ਤੁਸੀਂ ਕਬੱਡੀ ਖੇਡੀ ਹੈ ਕੋ ਸਾਨੂੰ ਕੋਈ ਯਾਦਗਾਰ ਆਪਣੀ ਕੋਈ ਕਬੱਡੀ ਮੈਚ ਦੱਸੋ ਤੇ ਸਾਡੇ ਨਾਜ਼ਰੀ ਨੂੰ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡਾ ਯਾਦਗਾਰ ਮੈਚ ਸਾਬਤ ਹੋਇਆ ਖੁੱਲ੍ਹਾ ਕੇ ਦਾਇਰੇ ਵਾਲਾ ਖੁੱਲ੍ਹਾ ਦੱਸ ਦਿਓ ਦਾਇਰੇ ਵਾਲਾ ਜਿਹੜਾ ਤੁਸੀਂ ਤੁਹਾਡਾ ਯਾਦਗਾਰ ਹੋਏ ਖੁੱਲ੍ਹਾ ਹੈ ਜਾਂ ਦਾਇਰੇ ਵਾਲਾ ਮੈਂ ਜੀ ਉਦੋਂ ਸੈਕੰਡਰੀ 'ਚ ਪੜ੍ਹਦਾ ਸਾਂ ਇੱਕ ਨਾਰੰਗ ਮੰਡੀ 'ਚ ਲੌਂਗ ਵਾਲਾ ਪਿੰਡ ਹੈ ਲੌਂਗ ਵਾਲਾ ਉਹ ਮੈਨੂੰ ਹੀ ਨਹੀਂ ਭੁੱਲਦਾ ਮੈਚ ਉਹ ਸਾਡੀ ਕਾਲਜ ਸਿਵਲ ਐਂਡ ਕਾਲਜ ਦੀ ਟੀਮ ਸੀ ਉਹ ਅਸੀਂ ਕਾਲਜ ਦੇ ਮੁੰਡੇ ਟੁਰ ਗਏ ਟੂਰਨਾਮੈਂਟ ਸੀ ਬੜੇ ਫਿੱਟ ਸਾਂ ਅਤੇ ਅੱਗੋਂ ਇਲਾਕੇ ਦੀ ਟੀਮ ਸੀ ਅਸੀਂ ਖੇਡੇ ਉਹਨਾਂ ਪੁਆਇੰਟ ਰੱਖੇ 20-20 ਉਹ ਅਸਾਂ ਕੋਈ ਮੇਰਾ ਖਿਆਲ ਅੱਧੇ ਘੰਟੇ ਕਰ ਲਏ ਪੂਰੇ ਮੁੰਡੇ ਫਿੱਟ ਸਨ ਉਹ ਦੂਸਰੇ ਸਾਲ ਉਹਨਾਂ ਬੜੀ ਵੱਡੀ ਟੀਮ ਬੁਲਾਈ ਉਹ ਅਸੀਂ ਵੀ ਗਏ ਉਹ ਜਦੋਂ ਗਏ ਤਾਂ ਇੱਕ ਬੰਦਾ ਬੜਾ ਤਗੜਾ ਕੋਈ 6.5 ਫੁੱਟ ਕੱਦ ਅਤੇ ਉਹ ਆਖੇ ਮੈਂ ਕੱਪੜੇ ਲਾਹਣੇ ਨੇ ਉਹ ਆਖੇ ਬੰਦੇ ਅੱਖ ਨਹੀਂ ਲਾਣੇ ਮੇਰਾ ਤਾਂ ਯਾਦਗਾਰ ਹੈ ਉਹ ਮੇਰੇ ਨੂੰ ਜਿਹੜਾ ਮੁੰਡਾ ਲੱਗਿਆ ਸੀ ਜਹਾਜ਼ ਨਾਂ ਸੀ ਉੱਥੋਂ ਦਾ ਕਾਲਜ ਪੜ੍ਹਦਾ ਸੀ ਉਹਨੇ ਕਿਹਾ ਜੀ ਮੈਂ ਕਿਹਾ ਕੀ ਇਹਨੂੰ ਹੈ ਉਹ ਆਉਂਦਾ ਜੀ ਬੜਾ ਅੱਛਾ ਪਲੇਅਰ ਸੀ ਲੇਕਿਨ 4-5 ਸਾਲ ਛੱਡਿਆ ਹੋ ਗਿਆ ਇਹ ਵੀ ਇੱਕ ਮੇਰਾ ਮੈਸੇਜ ਹੈ 6-7 ਸਾਲ ਛੱਡਿਆ ਹੋ ਗਏ ਨੇ ਅਤੇ ਤੁਸੀਂ ਪਿਛਲੇ ਸਾਲ ਫੜੀਚੇ ਨਹੀਂ ਸਾ ਜਿੱਥੇ ਆਉਂਦਾ ਮੈਂ ਇਹਨੂੰ ਡੇਗਣਾ ਅਤੇ ਮੁੱਕ ਮਾਰ ਕੇ ਡੇਗਦਾ ਅਤੇ ਮੈਂ ਕਿਹਾ ਇਹਨੂੰ ਖੇਡਣ ਦਿਓ ਉਹਨੇ ਆਖਿਆ ਜੀ ਚੌਧਰੀ ਨੂੰ ਕੱਪੜੇ ਲਾਉਣ ਦਿਓ ਉਹਨੇ ਭੱਜ ਕੇ ਕੱਪੜੇ ਲਾਏ ਉਹ 2-3 ਮੁੰਡੇ ਹੋਰ ਗਏ ਉਹ ਮੇਰੇ ਵਾਸਤੇ ਖਲੋਤਾ ਮੈਂ ਗਿਆ ਮੈਨੂੰ ਪਤਾ ਸੀ ਉਹ ਨਾ ਵਾਰਮ ਅਪ ਹੋ ਰਿਹਾ ਨਾ ਕੁਝ ਕਰ ਰਿਹਾ ਉਹ ਮੈਂ ਕਬੱਡੀ ਪਾਉਣ ਗਿਆ ਅਤੇ ਉਹ ਵੀ ਆ ਗਿਆ ਉਹ ਮੈਂ ਬੜਾ ਡਰ ਡਰ ਕੇ ਹੱਥ ਉਹਨੂੰ ਲਾਵਾਂ ਇੰਝ ਪਿਛਾ ਆਟਾ ਉਹਨੂੰ ਮਹਿਸੂਸ ਕਰਾਵਾਂ ਬੜਾ ਡਰਨਾ ਪਿਆ ਮੈਂ ਟੱਚ ਕੀਤਾ ਮੈਂ ਇੱਕ ਸਾਈਡ 'ਤੇ ਭੱਜਿਆ ਮੇਰੇ ਮਰ ਬੜੀ ਸਪੀਡ ਨਾਲ ਗਿਆ ਮੈਂ ਦੂਸਰੀ 'ਚ ਆਇਆ ਜਦੋਂ ਦੂਸਰੇ ਪਾਸੇ ਆਇਆ ਥੋੜ੍ਹਾ ਥੱਕਿਆ
ਮੈਂ ਕਿਹਾ ਉਹਨੇ ਫੁੱਲ ਹੋ ਗਿਆ, ਉਹ ਮੈਂ ਪੋਲੀ ਜਿਹੀ ਚਪੇਟ ਮਾਰੀ, ਉਹ ਡਿੱਗ ਪਿਆ। ਫਿਰ ਉੱਠ ਕੇ ਮੇਰੇ ਮਗਰ ਭੱਜਿਆ, ਮਸਾਂ ਲੱਤਾਂ ਆਉਂਦੀਆਂ, ਫਿਰ ਮਾਰੀ ਡਿੱਗ ਪਿਆ। ਫਿਰ ਉਹਦੇ ਕੋਲ ਉੱਠਿਆ ਨਾ ਜਾਏ, ਮੈਂ ਆਖਾਂ ਬੈਠਾ ਮੈਨੂੰ ਬਹਿ ਕੇ ਰੋੜੇ ਮਾਰਨ ਲੱਗ ਪਿਆ, ਉਹਦੇ ਕੋਲ ਉੱਠਿਆ ਨਾ ਜਾਏ। ਇਹ ਤਾਂ ਮੈਂ ਬੜਾ ਇੰਜੋਏ ਕੀਤਾ। ਜਿਹੜੀ ਸਾਈਡ ਤੋਂ ਗਏ ਸਾ ਉਹ ਮੈਨੂੰ ਕਹਿਣ ਜੀ, ਉਹ ਮੈਂ ਕਿਹਾ ਨਾ ਬੰਦੂਕਾਂ ਕਰ ਲਈਆਂ, ਮੈਂ ਕਿਹਾ ਉਹਨੂੰ ਵਿਚਾਰੇ ਨੂੰ ਅੱਗੇ ਬੰਦੂਕ ਲੱਗੀ ਪਈ ਹੈ, ਉੱਠਿਆ ਨਹੀਂ ਜਾਂਦਾ ਪਿਆ। ਅਤੇ ਬੇਟਾ ਐਕਸਰਸਾਈਜ਼ ਨਾ ਹੋਵੇ, ਪ੍ਰੈਕਟਿਸ ਨਾ ਹੋਵੇ, ਅਨਫਿੱਟ ਨਾ ਹੋਵੋ, ਅਤੇ ਕਦੀ ਵੀ ਨਾ ਗਰਾਊਂਡ 'ਚ ਤਿੜ ਕੇ ਕੱਪੜੇ ਲਾਓ। ਮਾਸ਼ਾਅੱਲਾ ਜੀ, ਇਹ ਹੁਣ ਵੀ ਜਿਸਾਮਤ ਦੇ ਲਿਹਾਜ਼ ਨਾਲ ਅਤੇ ਮਾਸ਼ਾਅੱਲਾ ਆਪਣੀ ਜਵਾਨੀ 'ਚ ਕਬੱਡੀ ਦੇ ਮਾਸ਼ਾਅੱਲਾ ਤਗੜੇ ਪਲੇਅਰ ਰਹੇ ਨੇ। ਮਾਸ਼ਾਅੱਲਾ ਹੁਣ ਵੀ ਇਹਨਾਂ ਦਾ ਜਿਸਮ ਕਬੱਡੀ ਵਾਲਾ, ਜਿਸ ਤਰ੍ਹਾਂ ਦੇ ਮੈਂ ਅਕਸਰ ਦੇਖਿਆ, ਜਾਂਦੇ ਹਾਂ ਪੂਰੇ ਪਾਕਿਸਤਾਨ 'ਚ ਕਵਰੇਜ ਕਰਦੇ ਹਾਂ, ਔਰ ਇਹਨਾਂ ਦੀ ਜਿਹੜੇ ਨਾਲ ਖੇਡਦੇ ਅਜੇ ਵੀ ਖੇਡਦੇ ਪਏ ਨੇ, ਕਿਉਂ ਸ਼ਾਹ ਜੀ? ਜੀ ਬਿਲਕੁਲ ਖੇਡਦੇ। ਅਤੇ ਬਸ ਜੀ, ਇਹਨਾਂ ਨਾਲ ਯਾਦਗਾਰ ਇਹ ਮੈਚ ਦੀ ਸੀ। ਪਿਛਲੇ ਦਫ਼ਾ ਵੀ ਇਹਨਾਂ ਨਾਲ ਕੁਛ ਗੱਲਾਂ ਸ਼ੇਅਰ ਕੀਤੀਆਂ ਸੀ, ਅੱਜ ਵੀ ਨਾਜ਼ਰੀਨ ਨਾਲ ਇਹਨਾਂ ਨੇ ਆਪਣੀਆਂ ਮੁਫੀਦ ਗੱਲਾਂ ਸ਼ੇਅਰ ਕੀਤੀਆਂ ਨੇ। ਉਮੀਦ ਕਰਨਾ ਵਾ ਕਿ ਜੀ ਸ਼ਾਹਰਾਂ ਦਾ ਇੱਕ ਮੈਸੇਜ ਹੋਰ ਸੁਣੋ ਜੀ ਜ਼ਰਾ। ਜਦੋਂ ਅਸੀਂ ਛੋਟੇ ਹੁੰਦੇ ਸਾਂ ਨਾ, ਅਤੇ ਜਿਹਦੇ ਕੋਲੋਂ ਪੁੱਛੀਦਾ ਸੀ, ਉਹਨਾਂ ਸੀ ਮੈਂ ਇੱਕ ਵਾਰੀ ਕਬੱਡੀ ਜ਼ਰੂਰ ਖੇਲੀ ਹੈ, ਭਾਵੇਂ ਕਿਸੇ ਧੱਕੇ ਨਾਲ ਖਿਲਾਈ ਹੈ, ਸਕੂਲ 'ਚ ਵੀ ਹਰ ਬੱਚੇ। ਅਤੇ ਬੇਟਾ, ਜਿਹੜੇ ਨਵੇਂ ਮੁੰਡੇ ਹੋ, ਯੰਗ ਸਟਾਰ ਹੋ, ਤੁਸੀਂ ਜ਼ਰੂਰ ਕਬੱਡੀ ਖੇਲ ਕੇ ਵੇਖੋ। ਸਾਡਾ ਇੱਕ ਹੁਸਨ ਹੈ ਪਿੰਡਾਂ ਦਾ, ਦਿਹਾਤ ਦਾ, ਸਾਡੇ ਪਾਕ ਬਲਕਿ ਪੰਜਾਬ ਦਾ ਹੁਸਨ ਹੈ ਕਬੱਡੀ। ਕਬੱਡੀ ਜ਼ਰੂਰ ਖੇਡੋ, ਜ਼ਰੂਰ ਖੇਲੋ ਬੇਟਾ, ਜਿਹਦੇ 'ਚ ਤਾਕਤ ਜਾਂ ਕਾਰ ਅਫੋਰਡ ਕਰ ਸਕਦਾ। ਜਿਹੜਾ ਮੇਰੇ ਕੋਲ ਆਉਂਦਾ ਹੈ, ਮੈਂ ਉੱਤੋਂ ਨਹੀਂ ਆਖ ਰਿਹਾ, ਮੈਂ ਹਰ ਲਿਹਾਜ਼ ਨਾਲ ਸ਼ੁਕਰ ਹੈ ਅੱਲਾਹ ਦਾ, ਮਾਲੀ ਜੋ ਵੀ ਮੇਰੀ ਇਮਦਾਦ ਮੈਂ ਕਰਾਂਗਾ, ਮੇਰੇ ਕੋਲ ਰਹਿ ਕੇ ਪ੍ਰੈਕਟਿਸ ਕਰੇ, ਸਿੱਖੇ, ਮੈਂ ਉਹਨੂੰ ਮਹਿਕਮੇ 'ਚ ਵੀ ਕਰਾਵਾਂਗਾ, ਇਹਨੇ ਵੀ ਮੇਰੇ ਸੋਰਸਿਸ ਹਨ। ਥੈਂਕ ਯੂ। ਮਾਸ਼ਾਅੱਲਾ ਜੀ, ਇਹਨਾਂ ਦੀਆਂ ਮੁਹੱਬਤਾਂ, ਔਰ ਕਬੱਡੀ ਪਲੇਅਰ ਵਾਸਤੇ ਮੇਰਾ ਵੀ ਮੈਸੇਜ ਹੈ ਕਿ ਇਹਨਾਂ ਨਾਲ ਰਾਬਤਾ ਕਰੋ। ਇਹਨਾਂ ਦੇ ਪੱਟੀ ਦੇ ਥੱਲੇ ਨੰਬਰ ਚੱਲਦਾ ਪਿਆ, ਅਤੇ ਵੇਖਦੇ ਰਹੋ ਮੇਰਾ ਫੇਸਬੁੱਕ ਔਰ ਪੇਜ ਯੂਟਿਊਬ ਚੈਨਲ। ਲਾਈਕ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਆ ਜੇ, ਤਾਂ ਕਿ ਹਰ ਦੂਸਰਾ ਬੰਦਾ ਜਿਹੜੀ ਵੀਡੀਓ ਵੇਖ ਸਕੇ ਔਰ ਇਹ ਮੈਸੇਜ ਉਹਦੇ ਤੱਕ ਪਹੁੰਚ ਚੁੱਕੇ। ਬਹੁਤ ਸ਼ੁਕਰੀਆ ਜੀ, ਮਿਲਦੇ ਹਾਂ ਤੁਹਾਨੂੰ ਥੋੜ੍ਹੀ ਦੇਰ ਬਾਅਦ ਕਬੱਡੀ ਦੇ ਮੈਦਾਨ 'ਚ, ਜਿੱਥੇ ਅੱਜ ਦੋ ਬੜੀਆਂ ਤਗੜੀਆਂ ਟੀਮਾਂ ਜਿਹੜੀਆਂ ਨੇ ਉਹ ਇਸ ਮੈਚ ਦਾ ਹਿੱਸਾ ਬਣ ਰਹੀਆਂ ਨੇ। ਅਤੇ ਸਾਡੇ ਨਾਲ ਬਜ਼ੁਰਗ ਵੀ ਆ ਗਏ ਨੇ, ਇਹਨਾਂ ਬਜ਼ੁਰਗਾਂ ਨਾਲ ਗੱਲ ਕਰਨੇ ਆ ਜੀ। ਇਹ ਮਾਸ਼ਾਅੱਲਾ, ਉਹ ਜੀ ਇੱਥੇ ਹੋ ਜੀ, ਤੁਸੀਂ ਸਾਨੂੰ ਬਾਬਾ ਜੀ ਦੀ ਕੋਈ ਗੱਲ ਸੁਣਾਓ, ਬਾਬੇਰਾਂ ਦੀ ਗੱਲ ਸੁਣਾਓ ਜੀ ਸਾਨੂੰ ਤੁਸੀਂ। ਬਾਬੇ ਸੁਣ ਲਓ ਜੀ, ਕੋਈ ਬਾਬੇਰਾਂ ਦਾ ਬਾਬੇਰਾਂ ਦੀ ਕੋਈ ਦਾਸਤਾਨ ਸੁਣਾਓ ਜਿਹੜੀ ਤੁਸੀਂ ਸੁਣੀ ਹੋਵੇ, ਸੁਣੀ ਨਾ ਹੋਵੇ, ਦੇਖੀ ਹੋਵੇ। ਠੀਕ ਹੈ, ਸੁਣੀ ਹੈ ਦੱਸੋ। ਇਹ ਬਾਬਾ ਸੱਜਣ ਸਾਹਿਬ ਜਲਾਲ ਵਾਲੀ, ਇਹ ਸਾਡੇ ਕੋਲ ਵੱਡੇ ਇਸ ਗੱਲ ਸੁਣਾਉਂਦੇ ਹੁੰਦੇ ਸਨ। ਇਹ ਤੇ ਡੱਲ ਖੂਹ ਹੁੰਦਾ ਸੀ, ਚੱਲਦਾ ਹੁੰਦਾ ਸੀ ਖੂਹ, ਜਦੋਂ ਚੱਲਦਾ ਹੁੰਦਾ ਸੀ ਤੇ ਉਸ ਜੱਟ ਨੂੰ ਆਖਿਆ, ਲੈ ਵੀ ਸੋਹਣਿਆ ਤੂੰ ਇਸ ਤਰ੍ਹਾਂ ਕਰ, ਤੇਰਾ ਜਿੰਨਾ ਰਾਤ ਭਰ ਦਿਨ ਹੁੰਦਾ, ਜੇ ਤੇਰਾ ਦਿਨ ਹੋ ਜਾਵੇ ਤਾਂ ਰਾਤ ਨੂੰ ਖੂਹ ਨਾ ਜਾਵੀ। ਉਹਨੇ ਆਖਿਆ ਠੀਕ ਹੈ। ਉਹ ਜਿਸ ਵੇਲੇ ਉਹਨੇ ਰਾਤ ਨੂੰ ਵੇਖਿਆ, ਦਿਨੇ ਦਿਨ ਉਹਦਾ ਪੀਜ ਗਿਆ 4 ਕਿੱਲੇ ਜਾਂ 5 ਕਿੱਲੇ, ਉਹਨੇ ਆਖਿਆ 4-5 ਕਿੱਲੇ ਰਾਤ ਨੂੰ ਪੀਚੇ ਅਤੇ ਮੈਂ ਤਾਂ ਸਵੇਰੇ ਵਿਹਲਾ ਹੋ ਜਾਵਾਂਗਾ। ਉਹਨੇ ਠੀਕ ਹੈ, ਉਹਨੇ ਆਖਿਆ ਜੀ ਮੈਂ ਨਹੀਂ ਖੂਹ ਬੰਦ ਕਰਨਾ। ਉਹਨੇ ਆਖਿਆ ਹੋਰ, ਉਹਨੇ ਆਖਿਆ ਨਹੀਂ ਜੀ ਮੇਰਾ ਰਾਤ ਨੂੰ ਇੰਨਾ ਪੀਜ ਹੋ ਜਾਏਗਾ। ਉਹਨੇ ਆਖਿਆ ਕੋਈ ਗੱਲ ਨਹੀਂ, ਜੀ ਕਰ ਲਾ ਵੀ ਤੂੰ। ਉਹ ਪਾਣੀ ਲਾਣ ਕੋ ਮੋੜਨ ਗਿਆ ਵੇ, ਇਹ ਬਲੀ ਦਾ ਅੱਲਾ ਦਾ ਬੰਦਾ ਨੇਕ ਸੀ, ਇਹਨੇ ਟੱਗੇ ਛੱਡੇ ਨੇ। ਉਹ ਜੋ ਖੂਹ ਦੇ ਵਿੱਚ ਆਇਆ ਸੀ ਨਾ, ਉੱਤੇ ਸਮਾਨ ਨੂੰ ਚੁੱਕ ਕੇ ਖੂਹ ਦੇ ਵਿੱਚ ਮਾਰਿਆ। ਉਦੋਂ ਬਾਅਦ ਇਹਦੀ ਇੰਨੀ ਕੰਨੀ ਨਜ਼ਰ ਆਈ ਹੈ, ਖੂਹ ਵਿੱਚੋਂ ਛੱਡ ਦਿੱਤਾ ਵੇ, ਅਤੇ ਖੂਹ ਦੇ ਵਿੱਚ ਉਹ ਜਿਹੜੀ ਆਪ ਸਮਾ ਗਿਆ ਵੇ, ਜਿੰਦਾ ਸਮਾ ਕੇ ਗਿਆ, ਇੰਨੀ ਕੰਨੀ ਨਜ਼ਰ ਆਈ। ਉਹ ਜੱਟ ਆਇਆ, ਉਹਨੇ ਆਣ ਕੇ ਵੇਖਿਆ, ਉਹਨੇ ਆਖਿਆ ਹੋਏ ਅੱਲਾ ਦਾ ਨੇਕ ਬੰਦਾ ਸੀ, ਆਹ ਸਮਾ ਗਿਆ। ਉਹ ਜਿਸ ਵੇਲੇ ਉਹ ਖੂਹ ਵਾਰ ਸੀ ਖਤਮ ਹੋ ਗਈ, ਉਦੋਂ ਬਾਅਦ ਫਿਰ ਇੱਥੋਂ ਚੁੱਕ ਕੇ ਉੱਥੇ ਖੂਹ ਲਗਾਏ ਸਨ, ਉਹ ਥੱਲੇ ਨਹੀਂ ਗਿਆ ਹੈਗਾ।
ਇਸ ਅੱਲਾ ਦੇ ਬਲੀ ਦਾ ਥੱਲੇ ਨਹੀਂ ਜਾਣ ਦਿੱਤਾ ਉਹਨੇ। ਉਹ ਖੂਹ ਇੱਥੇ ਮੌਜੂਦ ਹੈ? ਖੂਹ ਇੱਥੇ ਕਰਾਮਾਤ ਜਿਹੜੀ ਸਾਡਾ ਸ਼ੇਅਰ ਕੀਤੀ ਹੈ ਤੇ ਇਨਸ਼ਾਅੱਲਾ ਤਾਲਾ ਇਸ ਤਰ੍ਹਾਂ ਹੀ ਕੋਈ ਇਸ ਤੋਂ ਇਲਾਵਾ ਕੋਈ ਹੋਰ ਕੋਈ ਸਾਡੇ ਨਾਲ ਬਾਬਿਆ ਜੀ ਦੀ ਕੋਈ ਗੱਲ ਸ਼ੇਅਰ ਕਰਨਾ ਚਾਹੁੰਦੇ? ਹੋਰ ਮੈਂ ਕਹਿੰਦਾ ਗਲਤੀ ਗੱਲ ਕਰਾਂ ਹਾਂ ਸੱਚ ਸਲਾਬ ਵੇਖਿਆ ਜਿਹੜੀ ਗੱਲ ਇਹ ਦਰਿਆ ਦੇ ਸਾਹਮਣੇ ਸੀ ਸਾਡੇ ਵੱਡੇ ਗੱਲਾਂ ਸੁਣਾਉਂਦੇ ਸਨ ਵੱਡੇ ਉਹ ਜਿਸ ਵੇਲੇ ਸਾਡਾ ਇੱਕ ਚਾਚਾ ਫੌਤ ਹੋ ਗਿਆ ਉਹ ਸਕਰਾਊ ਵੀਰ ਤੇ ਦਬਦੇ ਦਾ ਵੱਡਾ ਭਰਾ ਭਾਈ ਏ ਅਗਲੇ ਪਾਸੇ ਵੇ ਉੱਥੇ ਦਫਨਾਉਣ ਗਿਆ ਸੀ ਉੱਥੇ ਵੀ ਉਹਨੂੰ ਕਬਰ ਦਾ ਥਾਂ ਨਾ ਲੱਭਿਆ ਉਹ ਵਾਪਸ ਲੈ ਕੇ ਜਨਾਜ਼ਾ ਆ ਰਹੇ ਨੇ ਉਹਨਾਂ ਵੇਖਿਆ ਤੇ ਇਹਦੇ ਇਹਨਾਂ ਪੈਰਾਂ ਦੇ ਵਿੱਚ ਨਾ ਜਗ੍ਹਾ ਸੁੱਕਾ ਵੇ ਉੱਥੇ ਕਵਰ ਕੱਢ ਕੇ ਅਤੇ ਉਹ ਦੱਬ ਕੇ ਟੁਰ ਗਏ ਅਤੇ ਪਾਣੀ ਜ਼ਿੰਦਗੀ 'ਚ ਨਹੀਂ ਚੜਿਆ ਦਰਿਆ ਦੇ ਆਹ ਪਾਣੀ ਦਰੇ ਫੁੱਲ ਚੱਲ ਦਿੰਦੇ ਸਨ ਸਲਾਬ ਦੇ ਦੌਰਾਨ ਜੀ ਵੈਸੇ ਬਾਰਿਸ਼ ਜੋ ਵੀ ਮਾਮਲਾ ਸਲਾਬ ਵਿੱਚ ਚਲੋ ਬਹੁਤ ਸ਼ੁਕਰੀਆ ਜੀ ਇਹ ਮਫੀਦ ਗੱਲਾਂ ਤੁਸੀਂ ਸੁਣੀਆਂ ਅਤੇ ਇਨਸ਼ਾਅੱਲਾ ਤੁਹਾਨੂੰ ਮਿਲਦੇ ਹਾਂ ਕਬੱਡੀ ਦੇ ਮੈਦਾਨ 'ਚ ਜਿੱਥੇ ਅੱਜ ਦੋ ਬੜੀਆਂ ਤਗੜੀਆਂ ਟੀਮਾਂ ਇਸ ਮੈਚ ਦਾ ਹਿੱਸਾ ਬਣਨ ਜਾ ਰਹੀਆਂ ਨੇ ਛੰਨੀ ਡੋਗਰ ਆਫ ਕਿਲਾ ਸਾਰਸ਼ਾਹ ਅਤੇ ਸਈਦ ਆਫ ਫੈਸਲਾਬਾਦ ਸੋਗੀ ਮਲੀਆਂ ਇਹ ਦੋ ਟੀਮਾਂ ਅੱਜ ਦਾ ਕਾਂਟੇਦਾਰ ਮੈਚ ਦਾ ਹਿੱਸਾ ਬਣਨ ਦੀਆਂ ਵੇਖਦੇ ਰਹੋ ਮੇਰਾ ਫੇਸਬੁੱਕ ਪੇਜ ਔਰ ਯੂਟਿਊਬ ਚੈਨਲ ਅੱਲਾ ਹਾਫਿਜ਼।